ਸਤਿ ਸ਼੍ਰੀ ਅਕਾਲ ਜੀ। ਅੱਜ ਜਿਸ ਸਿਚੁਏਸ਼ਨ ਦਾ ਆਪਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਆਪਣੇ ਅੰਨਦਾਤਾ ਨੂੰ ਜਿਸ ਸੰਘਰਸ਼ ਦੀ ਲੜਾਈ ਲੜਨੀ ਪੈ ਰਹੀ ਹੈ, ਉਹਦੇ ਚੱਲਦੇ ਇੱਕ ਸਵਾਲ ਮੇਰੇ ਮਾਇੰਡ 'ਚ ਆਇਆ ਸੀ ਔਰ ਮੈਂ ਉਹ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਹਾਂ ਕਿ ਇੱਕ ਗਵਰਨਮੈਂਟ ਦਾ ਕੀ ਕੰਮ ਹੁੰਦਾ ਜੀ, ਕਿ ਉਸ ਦੇਸ਼ ਦਾ, ਉਸ ਦੇਸ਼ ਦੀ ਆਵਾਮ ਦਾ ਹਮੇਸ਼ਾ ਚੰਗਾ ਸੋਚ ਕੇ, ਹਮੇਸ਼ਾ ਉਹਨਾਂ ਦਾ ਫਾਇਦਾ ਸੋਚ ਕੇ ਹਰ ਫੈਸਲਾ ਲੈਣਾ। ਅਤੇ ਜੇ ਅੱਜ ਉਹੀ ਆਵਾਮ ਉਸੇ ਗਵਰਨਮੈਂਟ ਨੂੰ ਇੱਕ ਸਿੰਪਲ ਜਿਹੀ ਚੀਜ਼ ਕਹਿਣ ਦੀ ਕੋਸ਼ਿਸ਼ ਕਰ ਰਹੀ ਆ ਕਿ ਤੁਹਾਡਾ ਇੱਕ ਸਪੈਸੀਫਿਕ ਲਿਆ ਗਿਆ ਫੈਸਲਾ, ਤੁਹਾਡਾ ਇਕਲੌਤਾ ਪਾਸ ਕੀਤਾ ਗਿਆ ਹੋਇਆ ਲਾਅ ਸਾਡੇ ਲਈ ਸਹੀ ਨਹੀਂ ਆ ਜਾਂ ਸਾਡੇ ਖਿਲਾਫ ਆ, ਜਾਂ ਇੱਕ ਤਰ੍ਹਾਂ ਕਿ ਪਲੀਜ਼ ਸਾਡੇ ਨਾਲ ਇੱਦਾਂ ਨਾ ਕਰੋ, ਤਾਂ ਉਹੀ ਚੰਗੇ ਲਈ ਬੈਠੀ ਹੋਈ ਗਵਰਨਮੈਂਟ ਆਪਣੀ ਹੀ ਆਵਾਮ ਦੀ ਗੱਲ ਕਿਉਂ ਨਹੀਂ ਸੁਣ ਰਹੀ? ਕਿਉਂਕਿ ਜੀ, 100 ਲੋਕ ਗਲਤ ਹੋ ਸਕਦੇ ਆ, 1000 ਲੋਕ ਗਲਤ ਹੋ ਸਕਦੇ ਆ, ਲੱਖਾਂ ਕਰੋੜਾਂ ਲੋਕ ਗਲਤ ਨਹੀਂ ਹੋ ਸਕਦੇ। ਅਤੇ ਪਿਛਲੇ ਕੁਛ ਦਿਨਾਂ ਤੋਂ ਮੈਂ ਪਾਪਾ ਨੂੰ ਵੀ ਕੁਝ ਜ਼ਿਆਦਾ ਹੀ ਮਿਸ ਕਰ ਰਹੀ ਹਾਂ, ਕਿਉਂਕਿ ਜੇ ਉਹ ਅੱਜ ਆਪਣੇ ਵਿੱਚ ਹੁੰਦੇ ਤਾਂ ਦਿੱਲੀ ਜ਼ਰੂਰ ਪਹੁੰਚਦੇ, ਉਸ ਸੰਘਰਸ਼ ਦੇ ਵਿੱਚ ਆਪਣੇ ਅੰਨਦਾਤਾ ਦੇ ਨਾਲ, ਉਹਨਾਂ ਦਾ ਹਿੱਸਾ ਬਣ ਕੇ ਉਹਨਾਂ ਦੇ ਨਾਲ ਇਸ ਸੰਘਰਸ਼ ਦੀ ਲੜਾਈ ਲੜਦੇ। ਮੈਂ ਕਿਸੇ ਕਾਰਨ ਦਿੱਲੀ ਨਹੀਂ ਪਹੁੰਚ ਪਾ ਰਹੀ, ਪਰ ਮੈਂ ਆਪਣਾ ਪਾਰਟ ਰੋਜ਼ ਇੰਨਾ ਜ਼ਰੂਰ ਕਰਦੀ ਹਾਂ ਕਿ ਸੱਚੇ ਦਿਲੋਂ ਅਰਦਾਸ ਕਰ ਰਹੀ ਹਾਂ ਕਿ ਆਪਣਾ ਅੰਨਦਾਤਾ ਦਿੱਲੀ ਤੋਂ ਆਪਣੇ ਹੱਕ ਵਾਪਸ ਲੈ ਕੇ, ਕਾਮਯਾਬੀ ਹਾਸਿਲ ਕਰਕੇ ਵਾਪਸ ਆਉਣ। ਅਤੇ ਆਪਾਂ ਜਿੱਦਾਂ ਉਹਨਾਂ ਦੇ ਨਾਲ ਖੜ੍ਹੇ ਹਾਂ, ਉਹਨਾਂ ਲਈ ਦੁਆਵਾਂ ਮੰਗ ਰਹੇ ਹਾਂ, ਇੱਦਾਂ ਹੀ ਉਹਨਾਂ ਦੇ ਨਾਲ ਖੜ੍ਹੇ ਰਹਿਣਾ, ਦੁਆਵਾਂ ਮੰਗਦੇ ਰਹਿਣਾ, ਅਤੇ ਜ਼ਰੂਰ ਕਾਮਯਾਬ ਹੋ ਕੇ ਹੀ ਦਿੱਲੀ ਤੋਂ ਸਾਰੇ ਵਾਪਸ ਆਉਣਗੇ। ਜੈ ਜਵਾਨ, ਜੈ ਕਿਸਾਨ। ਸਤਿ ਸ਼੍ਰੀ ਅਕਾਲ।